ਐਮਐਕਸ ਜੀ ਮਾਨਕਪੁਰ ਸ਼ਰੀਫ ਤੋਂ ਰਹਿਣ ਵਾਲਾ ਜੀ। ਗੋਬਿੰਦਗੜ੍ਹ ਕੈਂਪ ਦੇ ਵਿੱਚ ਮੇਰਾ ਚੈੱਕਅਪ ਹੋਇਆ ਤਾ ਜੀ, ਉੱਥੋਂ ਰਾਣਾ ਹੋਸਪਿਟਲ ਮੈਨੂੰ ਭੇਜਿਆ ਗਿਆ ਜੀ। ਇੱਥੇ ਮੇਰਾ ਠੀਕ ਠਾਕ ਓਪਰੇਸ਼ਨ ਹੋ ਗਿਆ ਜੀ, ਐਨ ਮੈਂ ਖੁਸ਼ੀ ਖੁਸ਼ੀ ਆਪਣੇ ਘਰ ਜਾ ਰਿਹਾ ਜੀ। ਮੇਰਾ ਓਪਰੇਸ਼ਨ ਕੈਂਪ ਵਿੱਚ ਹੋਇਆ ਹੈ। ਮੈਂ ਰਾਣਾ ਹੋਸਪਿਟਲ ਦਾ ਬਹੁਤ ਧੰਨਵਾਦ ਕਰਦੀ ਹਾਂ। ਮੈਂ ਨੇਮ ਇਜ ਬਲਦੇਵ ਸਿੰਘ, ਇਹ ਬਸੀ ਪਠਾਣਾ ਦਾ ਰਹਿਣ ਵਾਲਾ ਹਾਂ ਅਤੇ ਮੇਰਾ ਚੈੱਕਅਪ ਮੰਡੀ ਗੋਬਿੰਦਗੜ੍ਹ ਵਿੱਚ ਜੋਗਿੰਦਰਾ ਕੈਂਪ ਰਾਹੀਂ ਹੋਇਆ ਅਤੇ ਉੱਥੇ ਮੈਨੂੰ ਪਾਇਲਸ ਦੀ ਪ੍ਰੋਬਲਮ ਸੀ, ਜਿਸਦੇ ਥਰੂ ਮੈਂ ਸਰਹੰਦ ਰਾਣਾ ਹੋਸਪਿਟਲ ਵਿੱਚ ਐਡਮਿਟ ਹੋ ਕੇ ਮੇਰਾ ਫਰੀ ਇਲਾਜ ਹੋਇਆ ਅਤੇ ਬਹੁਤ ਵਧੀਆ ਸਰ ਨੇ ਕੇਅਰ ਕੀਤੀ। ਮੇਰਾ ਨਾਮ ਸ਼ਸ਼ੀ ਬਰਲਾ, ਮੈਂ ਪਟਿਆਲਾ ਦੀ ਰਹਿਣ ਵਾਲੀ ਹਾਂ। ਕੱਲ੍ਹ ਮੰਡੀ ਗੋਬਿੰਦਗੜ੍ਹ ਜੋਗਿੰਦਰਾ ਕੈਂਪ ਵਿੱਚ ਮੈਂ ਆਪਣਾ ਚੈੱਕਅਪ ਕਰਾਇਆ, ਉਸ ਵਿੱਚ ਮੈਨੂੰ ਬਵਾਸੀਰ ਦੀ ਸ਼ਿਕਾਇਤ ਸੀਗੀ ਸੀ। ਸਰਹੰਦ ਰਾਣਾ ਹੋਸਪਿਟਲ ਤੋਂ ਆਪਣਾ ਓਪਰੇਸ਼ਨ ਕਰਵਾਇਆ, ਜਿੱਥੇ ਮੇਰੀ ਬਹੁਤ ਪੂਰੀ ਅੱਛੀ ਤਰ੍ਹਾਂ ਕੇਅਰ ਕਰੀ ਗਈ ਹੈ ਅਤੇ ਮੇਰਾ ਸਕਸੈਸਫੁੱਲ ਹੋਇਆ ਓਪਰੇਸ਼ਨ। ਹੁਣ ਮੈਂ ਖੁਸ਼ੀ ਖੁਸ਼ੀ ਆਪਣੇ ਘਰ ਜਾ ਰਹੀ ਹਾਂ। ਮੇਰਾ ਨਾਮ ਸੰਦੀਪ, ਮੈਂ ਮੋਹਾਲੀ ਦਾ ਰਹਿਣ ਵਾਲਾ ਹਾਂ। ਮੇਰਾ ਜੋਗਿੰਦਰਾ ਕੈਂਪ ਦੇ ਵਿੱਚ ਚੈੱਕਅਪ ਹੋਇਆ ਸੀ ਅਤੇ ਰਾਣਾ ਹੋਸਪਿਟਲ 'ਚ ਮੇਰਾ ਓਪਰੇਸ਼ਨ ਹੋਇਆ ਹੈ ਅਤੇ ਮੈਂ ਇਸ ਤੋਂ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਿਹਾ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਕੌਰ ਖਰੜ ਤੋਂ ਹਾਂ। ਮੈਂ ਜੋਗਿੰਦਰਾ ਕੈਂਪ ਵਿੱਚ ਗਈ ਸੀ ਅਤੇ ਮੈਨੂੰ ਪਤਾ ਲੱਗਾ ਕਿ ਮੈਨੂੰ ਬਵਾਸੀਰ ਹੈ ਔਰ ਮੇਰਾ ਰਾਣਾ ਹੋਸਪਿਟਲ 'ਚ ਮੇਰਾ ਓਪਰੇਸ਼ਨ ਹੋਇਆ ਹੈ। ਹੁਣ ਮੈਂ ਬਿਲਕੁਲ ਠੀਕ ਹਾਂ।